ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਭਾਰਤ ਵੇਦ। ਸੋ ਅੱਜ ਇਹ ਆਪਣਾ ਪਹਿਲਾ ਐਪੀਸੋਡ ਹੈ। ਇਸ ਚੈਨਲ ਦੇ ਰਾਹੀਂ ਅਸੀਂ ਹੈਲਥ ਅਤੇ ਨੈਚੁਰੋਪੈਥੀ ਬਾਰੇ ਡਿਸਕਸ ਕਰਾਂਗੇ। ਲਾਸਟ 3 ਮੰਥਸ ਤੋਂ ਜੋ ਆਪਾਂ ਦੇਖਦੇ ਆ ਰਹੇ ਹਾਂ, ਲੋਕਡਾਊਨ ਦੀ ਵਜ੍ਹਾ ਨਾਲ ਲੋਕ ਘਰਾਂ ਵਿੱਚ ਰਹੇ, ਆਪਾਂ ਸਭ ਘਰਾਂ ਵਿੱਚ ਰਹੇ, ਉਸ ਦੀ ਵਜ੍ਹਾ ਨਾਲ ਲਾਈਫ ਸਟਾਈਲ ਕਾਫੀ ਸਡੈਂਟਰੀ ਹੋ ਗਿਆ, ਲੇਜ਼ੀ ਹੋ ਗਿਆ ਅਤੇ ਕਾਫੀ ਵੇਟ ਆਪਣਾ ਇਨਕਰੀਜ਼ ਹੋ ਗਿਆ। ਮੋਸਟ ਆਫ ਦਾ ਟਾਈਮ ਇਹ ਓਬੇਸਿਟੀ ਦੀ ਪ੍ਰੋਬਲਮ ਨੋਰਮਲੀ ਜ਼ਿੰਦਗੀ 'ਚ ਦੇਖੀ ਜਾਂਦੀ ਹੈ। ਸੋ ਅੱਜ ਅਸੀਂ ਡਿਸਕਸ ਕਰਾਂਗੇ ਕਿ ਹਾਊ ਟੂ ਲੂਜ਼ ਵੇਟ ਡਿਊਰਿੰਗ ਦਿਸ ਟਾਈਮ। ਵੇਟ ਵਧਣ ਦੇ ਕਾਰਨ ਕੀ ਹਨ? ਸਭ ਤੋਂ ਪਹਿਲਾਂ ਆਪਣਾ ਲਾਈਫ ਸਟਾਈਲ ਲੇਜ਼ੀ ਹੋਣ ਕਰਕੇ ਵੀ, ਸਡੈਂਟਰੀ ਲਾਈਫ ਸਟਾਈਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਅਤੇ ਸਡੈਂਟਰੀ ਲਾਈਫ ਸਟਾਈਲ ਕਰਕੇ ਵੀ ਆਪਣਾ ਵੇਟ ਇਨਕਰੀਜ਼ ਹੋਇਆ ਹੈ। ਅਤੇ ਮੋਰ ਓਵਰ ਜੋ ਆਪਣੇ ਖਾਣ ਪਾਣ ਦੀਆਂ ਆਦਤਾਂ ਨੇ, ਬੈਲੈਂਸਡ ਮੀਲ ਨਹੀਂ ਲੈਣੇ, ਹੋਰ ਚੀਜ਼ਾਂ, ਉਸ ਕਰਕੇ ਵੀ ਵੇਟ ਕਾਫੀ ਇਨਕਰੀਜ਼ ਹੋ ਜਾਂਦਾ। ਇੱਕ ਤਰ੍ਹਾਂ ਆਪਾਂ ਸ਼ੇਪ ਹੀ ਗਲਤ ਲੈ ਚੁੱਕੇ ਹਾਂ। ਸੋ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ, ਇਸ ਦਾ ਵੀ ਹੱਲ ਹੈਗਾ। ਸੋ ਮੈਂ ਸਭ ਤੋਂ ਪਹਿਲਾਂ ਰਿਕਮੈਂਡ ਇਹ ਕਰਾਂਗਾ ਕਿ ਤੁਸੀਂ ਆਪਣੀ ਰੈਗੂਲਰ ਐਕਸਰਸਾਈਜ਼, ਰੈਗੂਲਰ ਕੈਲਰੀ ਬਰਨਿੰਗ ਇਹ ਸ਼ੁਰੂ ਕਰੋ ਅਤੇ ਕੈਲਰੀ ਡੈਫੀਸਿਟ 'ਚ ਰਹੋ। ਕਹਿਣ ਦਾ ਭਾਵ ਇਹ ਹੈ ਕਿ ਜਿੰਨੀ ਤੁਹਾਨੂੰ ਕੈਲਰੀ, ਮੇਨਟੇਨੈਂਸ ਕੈਲਰੀ ਦੀ ਜ਼ਰੂਰਤ ਹੈਗੀ ਹੈ, ਉਸ ਤੋਂ ਘੱਟ ਕੈਲਰੀਜ਼ ਲਓ। ਸੈਕਿੰਡਲੀ, ਮੈਂ ਕੁਛ ਨੈਚੁਰੋਪੈਥੀ ਜੋ ਆਪਣੀ ਨੇਚਰ ਨੇ ਸਾਨੂੰ ਜਿਹੜੀਆਂ ਚੀਜ਼ਾਂ ਪ੍ਰੋਵਾਈਡ ਕੀਤੀਆਂ ਹਨ, ਉਹੀ ਯੂਜ਼ ਕਰਨ ਲਈ ਕਹਾਂਗਾ ਇਸ ਚੈਨਲ ਦੇ ਰਾਹੀਂ। ਜਾਂ ਮੈਂ ਆਪਣੀ ਪਰਸਨਲ ਲਾਈਫ 'ਚ ਵੀ, ਨਾ ਤਾਂ ਮੈਂ ਕੋਈ ਆਰਟੀਫਿਸ਼ਲ ਸਬਸਟਾਂਸ ਜਿੱਦਾਂ ਕਿ ਅੱਜ ਕੱਲ੍ਹ ਫੈਟ ਬਰਨਰਸ ਆ ਰਹੇ ਹਾਂ, ਉਹਦੇ 'ਚ ਕਈ ਤਰ੍ਹਾਂ ਦੇ ਜਿਹੜੇ ਹਜ਼ੈਡਰਸ ਕੈਮੀਕਲਸ ਪਾਏ ਜਾਂਦੇ ਹਨ, ਜਿਹੜੇ ਲੈਬ ਮੇਡ ਹੁੰਦੇ ਆ, ਐਫਾਡਰਿਨ, ਕੈਫੀਨ, ਹੋਰ ਕਈ ਚੀਜ਼ਾਂ ਹਨ, ਐਫਾਡਰਿਨ, ਕੈਫੀਨ, ਅਤੇ ਮੈਂ ਉਹ ਕਦੀ ਰਿਕਮੈਂਡ ਨਹੀਂ ਕਰਾਂਗਾ। ਸੋ ਮੈਂ ਰਿਕਮੈਂਡ ਕਰਾਂਗਾ ਕਿ ਤੁਸੀਂ ਹਮੇਸ਼ਾ ਨੈਚੁਰਲ ਵੇ ਨਾਲ ਇੱਕ ਭਾਰ ਘਟਾਓ, ਇੱਕ ਹੈਲਦੀ ਵੇ ਨਾਲ ਭਾਰ ਘਟਾਓ। ਸੋ ਸਭ ਤੋਂ ਪਹਿਲਾਂ ਮੈਂ ਇਨਗਰੀਡੀਐਂਟਸ ਤੁਹਾਨੂੰ ਨੋਟ ਕਰਵਾਵਾਂਗਾ। ਤੁਸੀਂ 200 ਗ੍ਰਾਮ ਆਂਵਲਾ ਲੈ ਲੈਣਾ ਹੈ, 100 ਗ੍ਰਾਮ ਤੁਸੀਂ ਹਰੜ ਲੈਣੀ ਹੈ ਅਤੇ 50 ਗ੍ਰਾਮ ਬਹੇੜਾ। ਇਸ ਤਿੰਨਾਂ ਦੇ ਕੰਬੀਨੇਸ਼ਨ ਨੂੰ ਆਪਾਂ ਤ੍ਰਿਫਲਾ ਦੇ ਨਾਮ ਤੋਂ ਜਾਣਦੇ ਹਾਂ, ਅਤੇ ਸਭ ਨੂੰ ਪਤਾ ਹੈ ਤ੍ਰਿਫਲਾ ਤੁਹਾਡੇ ਤਿੰਨੋਂ ਦੋਸ਼ ਜੋ ਆਯੁਰਵੇਦ ਵਿੱਚ ਕਹੇ ਗਏ ਹਨ, ਵਾਤ, ਪਿੱਤ ਅਤੇ ਕਫ, ਤਿੰਨਾਂ ਨੂੰ ਬੈਲੈਂਸ ਕਰਦਾ ਹੈ। ਮੋਰ ਓਵਰ ਤੁਹਾਡੀ ਇਮਿਊਨਿਟੀ ਵੀ ਵਧਾਉਂਦਾ ਹੈ ਅਤੇ ਮੋਰ ਓਵਰ ਤੁਹਾਡੀ ਹੈਲਥ ਨੂੰ ਵੀ ਅੱਛਾ ਰੱਖਦਾ ਹੈ। ਇਸ 'ਚ ਜਿਹੜਾ ਮੇਨ ਇਨਗਰੀਡੀਐਂਟ ਹੋਊਗਾ ਉਹ ਹੋਊਗਾ ਆਂਵਲਾ। ਇੱਕ ਪੁਰਾਣੀ ਕਹਾਵਤ ਹੈ, ਸਿਆਣਿਆਂ ਦਾ ਕਿਹਾ ਅਤੇ ਆਂਵਲਿਆਂ ਦਾ ਖਾਧਾ ਬਾਅਦ 'ਚ ਹੀ ਅਸਰ ਕਰਦਾ ਹੈ। ਅਤੇ ਫੋਰਥ ਇਨਗਰੀਡੀਐਂਟ ਤੁਹਾਡਾ ਹੈਗਾ ਤ੍ਰਿਕਟੂ ਲੈਣਾ। ਤ੍ਰਿਕਟੂ ਮੀਨਸ ਇਹ ਵੀ 3 ਚੀਜ਼ਾਂ ਦਾ ਹੀ ਬਣਦਾ ਹੈ। ਤੁਸੀਂ ਇਹਦੇ ਵਿੱਚ 30 ਗ੍ਰਾਮ ਤੁਸੀਂ ਕਾਲੀ ਮਿਰਚ, 30 ਗ੍ਰਾਮ ਪਿੱਪਲੀ ਜਿਹਨੂੰ ਮਗਾ ਵੀ ਅਸੀਂ ਪੰਜਾਬੀ ਵਿੱਚ ਆਖਦੇ ਹਾਂ, ਅਤੇ 30 ਗ੍ਰਾਮ ਸੁੰਡ ਲੈ ਲੈਣੀ ਹੈ। ਇਸ ਤੋਂ ਵੱਧ ਇਨਗਰੀਡੀਐਂਟ ਇਹ ਇਸ ਤੋਂ ਵੱਧ ਨਹੀਂ ਲੈਣਾ, ਨਾ 35 ਗ੍ਰਾਮ ਨਾ 40 ਗ੍ਰਾਮ, ਤੁਸੀਂ 30 ਗ੍ਰਾਮ ਜਾਂ 31 ਗ੍ਰਾਮ ਜਿੰਨਾ ਵੀ ਹੋਊਗਾ ਇਸ ਚੀਜ਼ ਨੂੰ ਲੈਣਾ, ਹਮੇਸ਼ਾ ਇਹਨੂੰ ਬਰਾਬਰ ਮਾਤਰਾ ਵਿੱਚ ਲੈਣਾ ਹੈ। ਇਸ ਤਿੰਨਾਂ ਦਾ ਫੰਕਸ਼ਨ ਇਹ ਹੋਊਗਾ, ਇਹ ਤੁਹਾਡਾ ਮੈਟਾਬੋਲਿਜ਼ਮ ਬੂਸਟ ਕਰੂਗਾ, ਤੁਹਾਡੀ ਡਾਈਜੈਸ਼ਨ ਬੂਸਟ ਕਰੂਗਾ, ਅਤੇ ਓਵਰਆਲ ਜਿਹੜਾ ਕਾਲੀ ਮਿਰਚ ਵਿੱਚ ਪਾਈਪਰੀਨ ਪਾਇਆ ਜਾਂਦਾ ਹੈ, ਉਸ ਨਾਲ ਜੋ ਵੀ ਤੁਸੀਂ ਚੀਜ਼ਾਂ ਖਾਂਦੇ ਹੋ ਉਹਦੀ ਬਾਇਓਵੇਲਿਟੀ ਵੱਧਦੀ ਹੈ। ਤ੍ਰਿਕਟੂ ਦਾ ਮੇਨ ਫੰਕਸ਼ਨ ਹੀ ਤੁਹਾਡਾ ਬੋਡੀ ਵਿੱਚ ਬਾਇਓਵੇਲਿਟੀ ਵਧਾਉਣਾ ਹੈ, ਕਿ ਜਿਹੜਾ ਵੀ ਤੁਸੀਂ ਇਨਗਰੀਡੀਐਂਟ ਖਾਂਦੇ ਹੋ ਉਸ ਚੀਜ਼ ਨਾਲ ਉਹਦੀ ਬਾਇਓਵੇਲਿਟੀ ਵੱਧਦੀ ਹੈ। 7th ਇਨਗਰੀਡੀਐਂਟ ਹੈਗਾ ਗਿਲੋਏ। ਗਿਲੋਏ, ਗੜੂਚੀ, ਗਲੋ, ਜੋ ਵੀ ਆਪਣੇ ਨਾਮ ਤੋਂ ਜਾਣਦੇ ਹਾਂ, ਪੰਜਾਬੀ ਵਿੱਚ ਅਸੀਂ ਗਲੋ ਕਹਿੰਦੇ ਹਾਂ, ਇਹ ਸਭ ਤੋਂ ਵੱਡਾ ਇਮਿਊਨ ਮੋਡੂਲੇਟਰ ਹੈ, ਤੁਹਾਡੀ ਇਮਿਊਨਿਟੀ ਨੂੰ ਬੂਸਟ ਕਰਦਾ ਹੈ। ਮੋਰ ਓਵਰ ਇਹਦਾ ਫੈਟ ਲੋਸ 'ਤੇ ਬਹੁਤ ਵਧੀਆ ਇੰਪੈਕਟ ਹੈ, ਇਹਦੇ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀਵਾਇਰਲ ਪ੍ਰੋਪਰਟੀਜ਼ ਹੁੰਦੀਆਂ ਹਨ, ਪਲੱਸ ਇਹ ਐਜ਼ ਐਨ ਵੇਟ ਲੋਸ ਲਈ ਵੀ ਬਹੁਤ ਅੱਛਾ ਮੰਨਿਆ ਗਿਆ ਹੈ। 7th ਤੁਸੀਂ ਲੈਣਾ ਪੁਨਰਨਵਾ। ਪੁਨਰਨਵਾ ਦਾ ਮੇਨ ਫੰਕਸ਼ਨ ਇਹ ਹੈ ਕਿ ਤੁਹਾਡੀ ਕਿਡਨੀ ਅਤੇ ਲਿਵਰ, ਪੁਨਰਨਵਾ ਦੇ ਨਾਮ ਤੋਂ ਹੀ ਤੁਸੀਂ ਜਾਣਦੇ ਹੋ, ਪੁਨਰਨਵਾ ਦਾ ਮਤਲਬ ਕਿ ਸ਼ੁਰੂ ਤੋਂ ਕਰਨਾ, ਮੀਨਸ ਪੁਨਰਨਵਾ, ਕਿ ਪੁਨਰਨਵਾ ਕਰ ਦੇਣਾ ਤੁਹਾਨੂੰ। ਪੁਨਰਨਵਾ ਵਿੱਚ ਤੁਹਾਡੇ ਲਿਵਰ ਅਤੇ ਕਿਡਨੀ ਨੂੰ ਸਾਫ਼ ਕਰਨ ਦੇ ਬਹੁਤ ਅੱਛੇ ਗੁਣ ਪਾਏ ਜਾਂਦੇ ਹਨ। ਜੇ ਕਿਸੇ ਨੂੰ ਪੀਲੀਆ ਹੈ, ਅਤੇ ਅਸੀਂ ਕਈ ਵਾਰ ਦੇਖਿਆ ਹੁੰਦਾ ਉਹਨਾਂ ਦੇ ਗਲੇ ਵਿੱਚ ਉਹ ਧਾਗੇ ਵਾਲੀ ਮਾਲਾ ਜੀ ਪਾ ਦਿੰਦੇ ਹੁੰਦੇ ਸੀਗੇ ਬੜੇ ਪੁਰਾਣੇ ਬਜ਼ੁਰਗ, ਉਹ ਇਸੇ ਚੀਜ਼ ਦੀ ਜੜ ਹੁੰਦੀ ਸੀ, ਪੁਨਰਨਵਾ ਦੀ ਜੜ। ਅਤੇ ਤੁਸੀਂ 100 ਗ੍ਰਾਮ ਪੁਨਰਨਵਾ ਦੀ ਜੜ ਲੈ ਲੈਣੀ ਹੈ। ਇਹਦੇ ਨਾਲ ਤੁਹਾਡੇ ਇੱਕ ਲੀਵਰ ਫੰਕਸ਼ਨਿੰਗ ਸਹੀ ਹੋਊਗੀ, ਤੁਹਾਡੀ ਕਿਡਨੀ ਫੰਕਸ਼ਨਿੰਗ ਸਹੀ ਹੋਊਗੀ, ਕਿ ਕਈ ਵਾਰ ਐਡੀਮਾ ਵੀ ਹੋ ਜਾਂਦਾ, ਕਈਆਂ ਦੇ ਬੋਡੀ 'ਚ ਐਕਸੈਸਿਵ ਪਾਣੀ ਜਿਹੜਾ ਭਰ ਜਾਂਦਾ ਹੈ, ਫੈਟ ਟਿਸ਼ੂਜ਼ 'ਚ ਭਰ ਜਾਂਦਾ ਹੈ, ਮਸਲ ਟਿਸ਼ੂਜ਼ 'ਚ ਭਰ ਜਾਂਦਾ ਹੈ, ਇਹ ਐਜ਼ ਐਨ ਡਿਊਰੈਟਿਕ ਵੀ ਕੰਮ ਕਰੂਗਾ। ਮੀਨਸ ਤੁਹਾਡਾ ਬੋਡੀ 'ਚ ਜਿਹੜਾ ਐਕਸੈਸ ਪਾਣੀ ਜਮ੍ਹਾਂ ਹੋਇਆ ਪਿਆ, ਕਈ ਵਾਰ ਕਈਆਂ ਦਾ ਵਾਟਰ ਵੇਟ ਵੀ ਵੱਧ ਜਾਂਦਾ ਹੈ, ਅਤੇ ਐਕਸੈਸਿਵ ਵਾਟਰ ਵੀ ਕੱਢੂਗਾ। ਐਂਡ ਲਾਸਟ ਇਨਗਰੀਡੀਐਂਟ ਹੈਗੀ ਹੈ ਕਾਲੀ ਜੀਰੀ। ਕਾਲੀ ਜੀਰੀ ਜਦ ਵੀ ਤੁਸੀਂ ਲੈਣੀ ਹੈ, ਪਰਚੇਸ ਕਰਨੀ ਹੈ, ਕਾਲੀ ਜੀਰੀ ਮੇਕ ਸ਼ੋਰ ਕਿ ਉਹ ਸਾਫ਼ ਹੋਵੇ, ਕਈ ਵਾਰ ਉਹਦੇ ਵਿੱਚ ਕਈ ਡਸਟ ਪਾਰਟੀਕਲਸ ਹੁੰਦੇ ਹਨ। ਸੋ ਇਹਨਾਂ ਦਾ ਸਾਰੇ ਚੀਜ਼ਾਂ ਦਾ ਤੁਸੀਂ ਇੱਕ ਮਿਕਸਚਰ ਲੈ ਲੈਣਾ ਹੈ, ਇਹਨਾਂ ਨੂੰ ਐਜ਼ ਐਨ ਪਾਊਡਰ ਕਰ ਲੈਣਾ ਹੈ। ਕਾਲੀ ਜੀਰੀ ਤੋਂ ਬਾਅਦ ਜਿਹੜਾ ਮੇਨ ਇਨਗਰੀਡੀਐਂਟ ਹੈਗਾ, ਜਿਹਨੂੰ ਕਹਿੰਦੇ ਅਰਜੁਨਾ, ਅਰਜੁਨਾ ਦੇ ਅਰਜੁਨਾ ਛਾਲ, ਇਹਦੀ ਛਾਲ ਲੈ ਲੈਣੀ ਹੈ, ਜੋ ਪੇੜ ਦੀ ਛਾਲ ਹੁੰਦੀ ਹੈ, ਇਹ ਕੁਛ ਲਾਲ ਰੰਗ ਦੀ ਛਾਲ ਹੋਊਗੀ। ਬੇਸਿਕਲੀ ਅਰਜੁਨਾ ਦਾ ਕੰਮ ਕੀ ਹੈ, ਇਹਨੇ ਤੁਹਾਡਾ ਹਾਈ ਡੈਂਸਿਟੀ ਲਿਪੋਪ੍ਰੋਟੀਨ, ਜਿਹਨੂੰ ਆਪਾਂ HDL ਕਹਿੰਦੇ ਹਾਂ, ਉਸਨੂੰ ਇਨਕਰੀਜ਼ ਕਰੂਗੀ। ਮੋਰ ਓਵਰ ਤੁਹਾਡਾ ਕੋਲੈਸਟਰੋਲ ਲੈਵਲ, ਜਿਹੜਾ ਹੈਲਦੀ ਕੋਲੈਸਟਰੋਲ ਲੈਵਲ ਨੂੰ ਮੇਨਟੇਨ ਕਰਕੇ ਰੱਖੂਗੀ, ਅਤੇ ਬੈਡ ਕੋਲੈਸਟਰੋਲ ਜਿਹੜਾ LDL ਹੈ ਉਹਨੂੰ ਘਟਾਊਗੀ। ਸੋ ਇਹ ਇਨਗਰੀਡੀਐਂਟਸ ਨੂੰ ਲੈ ਕੇ ਤੁਸੀਂ ਇੱਕ ਪਾਊਡਰ ਫਾਰਮ ਵਿੱਚ ਲੈ ਲੈਣਾ ਹੈ। ਇਸ ਤੋਂ ਬਾਅਦ ਇਸ ਪਾਊਡਰ ਨੂੰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਪਾਣੀ ਵਿੱਚ ਭਿਓ ਦੇਣਾ ਹੈ, ਠੀਕ ਹੈ।
पानी विच भिउण तो बाद सुबह नू उबाल लेना है। 5-10 मिनट उबाल के जब पानी थोड़ा जिहा अद्धा हो जाए, जिदा 400 ml का 200 रह जाए या 300 ml का 150 रह जाए, ये एक चमचा शहद। अगर जे तुहानू शुगर है फिर शहद का इस्तेमाल मैं नहीं कहांगा, अगर नहीं है तो तुसी शहद का इस्तेमाल कर सकते हो। एक चमचा शहद विच पा के सिप सिप करके पी लेना है। उस तो बाद जो तुहाडी रूटीन है, रेगुलर रूटीन है, अगर जे नहीं है तो रेगुलर रूटीन एक बनाओ, सैर करो, जिमिंग करो, रनिंग करो, वट एवर यू लाइक, चाहे योगा कर लो। इस पीन तो बाद तुसी अपनी रेगुलर तुसी जो भी तुसी करते हो, जिमिंग करते हो, रनिंग, जॉगिंग, वट एवर, योगा, ये तुसी कर लेनी है। एक घंटा गैप रखना है, कुछ नहीं खाना। इस इनग्रीडियंट सवेरे एज एन तुसी प्री वर्कआउट जिन्हों कहते हैं असी वर्कआउट तो पहला, सपोजिंगली तुसी सैर करते हो, योगा करते हो, एक्सरसाइज करते हो, इन एक्सरसाइज तो पहला तुसी अद्धा पौना घंटा पहला ले लेना है। मेक श्योर जब भी ये तुसी पींदे हो एक घंटा तुसी अपना स्टमक एम्प्टी रखना है, कुछ नहीं खाना। सो इस चीज़ नाल तुहाडी बॉडी फैट परसेंटेज ते काफ़ी फर्क पाऊगा। मैं ये दावा नहीं करता जो अजकल यूट्यूब पर चलता जी मैं तुहाडा महीने च 15 किलो वजन घटा दाँगा, 20 किलो करावांगा, ये एटलीस्ट 5-6 किलो वजन लाजमी घटूगा। अगर तुसी अपनी डाइट नू वेल मेनटेन रख दियो, मीनस प्रपोर्शनेट डाइट रख दियो, बैलेंस डाइट रख दियो, जे तुसी खांद अपने कार्ब्स इनटेक, फैट इनटेक एंड प्रोटीन इनटेक वधिया रख दियो, सपोजिंग मीनस कि तुसी कार्ब्स नू थोड़ा जा लो रखो, फैट्स नू थोड़ा जा मॉडरेट रखो। फैट्स का इतने यह मतलब नहीं है कि तुसी रिफाइंड तेल खाओ, होर चीज़ा खाओ, गुड फैट जिदा बदाम हो गए, अलसी होगी, होर चीज़ा हो गई, बदाम, अलसी, ठीक है, ड्राई फ्रूट्स हो गए, यहोजे तुसी गुड फैट्स नू मेनटेन रखना है। अते प्रोटीन नू तुसी थोड़ा जा हाई रखना है कि जिन्ना तुहाडा बॉडी वेट है उन्ने पर ग्राम का प्रोटीन लैन की तुसी कोशिश करो। अगर ये तिना चीज़ों नू तुसी बिल्कुल अच्छे तरीके नाल यूज़ करते हो तो मैं अश्योर करता हाँ कि तुहाडा बॉडी फैट परसेंटेज है जिहड़ा वह काफ़ी रिड्यूस होगा। तुसी एक महीने का ये ट्रायल बेसिस पर करो। अगर तुहाडी कोई भी क्वारी है तो तुसी मैनू कॉमेंट सैक्शन में लिख सकते हो। सो अज लई बस इन्ना ही, एंड प्लीज़ सबसक्राइब, लाइक एंड शेयर अबाउट दिस चैनल, एंड होर भी वीडियो मैं लैके आवांगा जिस च हेल्थ एंड नैचुरोपैथी बारे दस्या जाएगा। थैंक यू।